ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੀਆਂ ਇੱਕ ਵਾਰ ਫੇਰ ਤੋਂ ਮੁਸ਼ਕਲਾਂ ਵੱਧ ਰਹੀਆਂ ਨੇ। ਦੱਸ ਦਈਏ ਕਿ ਹੁਣ ਇੱਕ ਹੋਰ 307 ਦੇ ਮਾਮਲੇ 'ਚ ਉਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ। ਤਾਂ ਦੱਸ ਦਈਏ ਕਿ ਵਾਟਰ ਕੈਨਨ ਵਾਲੇ ਨਵਦੀਪ ਜਲਵੇੜੇ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਪਹਿਲਾਂ ਹੀ ਉਸਨੂੰ 28 ਮਾਰਚ ਨੂੰ ਮੋਹਾਲੀ ਏਅਰਪੋਰਟ ਤੋਂ 307 ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ 71 ਦਿਨ ਬਾਅਦ ਉਸਦੇ ਸਾਥੀ ਗੁਰਕਿਰਤ ਨੂੰ ਜ਼ਮਾਨਤ ਮਿਲ ਜਾਂਦੀ ਹੈ ਅਤੇ ਇਸੀ ਦੌਰਾਨ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਨਵਦੀਪ ਜਲਵੇੜਾ ਦੀ ਵੀ ਜ਼ਮਾਨਤ ਜੋ ਹੈ ਜਲਦੀ ਮਨਜ਼ੂਰ ਕਰ ਲਈ ਜਾਵੇ, ਪਰ ਇਸੀ ਦੌਰਾਨ ਨਵਦੀਪ ਜਲਵੇੜਾ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਦੱਸ ਦਈਏ ਕਿ 43 ਨੰਬਰ FIR ਦੇ ਵਿੱਚ ਹੁਣ ਉਸਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਅਤੇ ਪੁਲਿਸ ਨੂੰ ਇੱਕ ਦਿਨ ਦਾ ਹੁਣ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਹੋਇਆ। ਅੰਬਾਲਾ ਦੀ ਕੋਰਟ ਦੇ ਵਿੱਚ ਉਸਨੂੰ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਨਵਦੀਪ ਜਲਵੇੜਾ ਕਿਸਾਨ ਅੰਦੋਲਨ ਦੇ ਸਮੇਂ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਉਸਨੇ ਅੰਬਾਲਾ ਦੇ ਕੋਲ ਜਦੋਂ ਮਾਰਚ ਅੱਗੇ ਵੱਧ ਰਿਹਾ ਸੀ ਕਿਸਾਨਾਂ ਦਾ, ਤਾਂ ਉਸ ਸਮੇਂ ਜਲ ਤੋਪਾਂ ਦਾ ਮੂੰਹ ਮੋੜਿਆ ਸੀ। ਤਦ ਤੋਂ ਹੀ ਵਾਟਰ ਕੈਨਨ ਬੁਆਏ ਦੇ ਨਾਮ ਨਾਲ ਨਵਦੀਪ ਜਲਵੇੜਾ ਜਾਣਿਆ ਜਾਣ ਲੱਗਿਆ। ਤਾਂ ਕਿਸਾਨ ਅੰਦੋਲਨ ਦੇ ਦੌਰਾਨ ਨਵਦੀਪ ਜਲਵੇੜਾ ਦੀ ਇੱਕ ਅਹਿਮ ਭੂਮਿਕਾ ਰਹੀ ਸੀ। ਹਾਲਾਂਕਿ ਜਦੋਂ ਦੂਸਰੀ ਵਾਰੀ ਫਿਰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਤਾਂ ਉਸ ਸਮੇਂ ਲੋਕਾਂ ਨੂੰ ਅਪੀਲ ਕਰ ਰਿਹਾ ਸੀ ਕਿ ਵੱਧ ਤੋਂ ਵੱਧ ਲੋਕ ਉੱਥੇ ਪਹੁੰਚਣ ਅਤੇ ਹੁਣ ਉਸਨੂੰ ਮੋਹਾਲੀ ਦੇ ਏਅਰਪੋਰਟ ਤੋਂ 28 ਮਾਰਚ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ 307 ਦਾ ਉਸਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਵੀ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸਦਾ ਨਾਮ ਗੁਰਕੀਰਤ ਦੱਸਿਆ ਜਾ ਰਿਹਾ ਅਤੇ ਉਸਨੂੰ ਹੁਣ 71 ਦਿਨਾਂ ਬਾਅਦ ਬੇਲ ਮਿਲ ਚੁੱਕੀ ਹੈ। ਅਤੇ ਦੂਜੇ ਪਾਸੇ ਹੁਣ ਨਵਦੀਪ ਜਲਵੇੜਾ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਇੱਕ ਹੋਰ 43 ਨੰਬਰ FIR ਜਿਸਦੇ ਵਿੱਚ ਧਾਰਾ 307 ਲੱਗੀ ਹੋਈ ਹੈ ਉਸਦੇ ਤਹਿਤ ਉਸਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਪੁਲਿਸ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਅਤੇ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ। ਦੇਖੀਏ ਨਵਦੀਪ ਸਿੰਘ ਜਲਵੇੜਾ ਪੁੱਤਰ ਜੈ ਸਿੰਘ ਜਲਵੇੜਾ ਜੋ ਕਿ ਕਿਸਾਨ ਅੰਦੋਲਨ ਸੇ ਜੁੜਾ ਹੁਆ ਹੈ ਉਸਕੀ ਜ਼ਮਾਨਤ ਮੈਨੇ 12 ਜੂਨ ਕੋ ਮਾਨਯ ਅਦਾਲਤ ਮੇਂ ਲਗਾਈ ਥੀ ਜਿਸਕਾ ਨੋਟਿਸ 13 ਜੂਨ ਕੇ ਲੀਏ ਹੁਆ ਥਾ ਔਰ 12 ਜੂਨ ਕੋ ਜਬ ਹਮਨੇ ਯੇ ਜ਼ਮਾਨਤ ਮਾਫੀ ਚਾਹੂੰਗਾ 11 ਜੂਨ ਕੋ ਹੀ ਹਮਨੇ ਜ਼ਮਾਨਤ ਯਾਚਿਕਾ ਲਗਾਈ ਥੀ ਔਰ 13 ਜੂਨ ਕੇ ਲੀਏ ਨੋਟਿਸ ਹੁਆ ਥਾ। ਇਸ ਦੌਰਾਨ ਪੁਲਿਸ ਨੇ ਜਬ ਪਤਾ ਚਲਾ ਪੁਲਿਸ ਕੋ ਕਿ ਹਮਨੇ ਜ਼ਮਾਨਤ ਯਾਚਿਕਾ ਲਗਾਈ ਹੈ ਤੋ ਉਹਨੇ 12 ਜੂਨ ਕੋ ਦੂਸਰੇ ਮੁਕਦਮੇ ਮੇਂ ਇੱਕ 43 ਨੰਬਰ FIR ਮੇਂ ਥਾਣਾ ਸਦਰ ਉਸਮੇਂ ਉਹਨੇ ਇਲਾਕਾ ਮਜਿਸਟਰੇਟ ਕੀ ਕੋਰਟ ਮੇਂ ਇੱਕ ਐਪਲੀਕੇਸ਼ਨ ਦੇ ਦੀ ਪ੍ਰੋਡਕਸ਼ਨ ਵਾਰੰਟ ਕੀ ਔਰ ਉਹ ਮੁਕਦਮਾ ਦਿਨਾਂਕ 15 ਫਰਵਰੀ 2024 ਕਾ ਦਰਜ ਹੈ ਤੋ ਲਗਭਗ ਆਪ ਕਹਿ ਸਕਤੇ ਹੈ ਕਿ 4 ਮਹੀਨੇ ਬਾਅਦ ਯਾਚਿਕਾ ਲਗਾਈ ਗਈ ਅਦਾਲਤ ਮੇਂ ਔਰ ਪ੍ਰੋਡਕਸ਼ਨ ਵਾਰੰਟ ਮੰਗੇ ਗਏ ਜਬਕਿ ਨਵਦੀਪ ਜਲਵੇੜਾ ਕੋ 28 ਮਾਰਚ 2024 ਕੋ ਗ੍ਰਿਫਤਾਰ ਕਰ ਲਿਆ ਗਿਆ ਥਾ 40 ਨੰਬਰ FIR ਮੇਂ ਤੋ ਉਸਕੇ ਬਾਅਦ ਆਜ ਜਬ ਹਮਨੇ ਜ਼ਮਾਨਤ ਯਾਚਿਕਾ ਮਾਨਯ ਅਡੀਸ਼ਨਲ ਸੈਸ਼ਨ ਜੱਜ ਅੰਬਾਲਾ ਕੀ ਅਦਾਲਤ ਮੇਂ ਆਰਗੂਮੈਂਟ ਕਰ ਲਈ ਔਰ ਕੱਲ ਕੇ ਲੀਏ ਉਸਕਾ ਆਰਡਰ ਕੇ ਲਈ ਰੱਖਾ ਹੁਆ ਹੈ। ਇਸ ਦੌਰਾਨ ਨਵਦੀਪ ਸਿੰਘ ਜਲਵੇੜਾ ਕੋ ਮੁਕਦਮਾ ਨੰਬਰ 43 ਮੇਂ ਮਾਨਯ ਇਲਾਕਾ ਮਜਿਸਟਰੇਟ ਸਾਹਿਬ ਕੀ ਅਦਾਲਤ ਮੇਂ ਪੇਸ਼ ਕੀਆ ਗਿਆ ਔਰ ਵਹਾਂ ਪੁਲਿਸ ਨੇ ਉਨਕੀ ਗ੍ਰਿਫਤਾਰੀ ਦਿਖਾ ਕੇ 2 ਦਿਨ ਕਾ ਪੁਲਿਸ ਰਿਮਾਂਡ ਮੰਗਾ ਔਰ ਪੁਲਿਸ ਨੇ ਆਧਾਰ ਇਹ ਬਣਾਇਆ ਹੈ ਕਿ ਇਨਕੇ ਕੁਛ ਸਾਥੀ ਹੈ ਜਿਨਕੋ ਕਿ ਜਲੰਧਰ ਸੇ ਅਰੈਸਟ ਕਰਨਾ ਹੈ ਔਰ ਇਸਕੇ ਇਲਾਵਾ ਵੀ ਕਹਿ ਰਹੇ ਕਿ ਨਿਸ਼ਾਨਦੇਹੀ ਕਰਾਨੀ ਹੈ ਜਿਸ ਜਗ੍ਹਾ ਪਰ ਇਹ ਘਟਨਾ ਹੋਈ ਹੈ।
तो हमने, इन्होंने 2 दिन का पुलिस रिमांड मांगा था। हमने अदालत से रिक्वेस्ट की कि लगभग 3 महीने हो गए हैं इन नवदीप सिंह जलबेड़ा को अरेस्ट हुए 40 नंबर मुकदमा में, लेकिन पुलिस ने इन 3 महीनों में कोई प्रयास नहीं किए कि बाकी जो मुकदमा है उसमें या तो गिरफ्तार किया जाए या पूछताछ में शामिल किया जाए। सिर्फ 40 नंबर मुकदमा में ही अंदर थे। जब जमानत याचिका लगी हमारी, तो उसके बाद बाकी मुकदमों के बारे में ये जाग गए हैं पुलिस वाले, लेकिन अदालत ने 1 दिन का पुलिस रिमांड दिया है, साथ ही मेडिकल कराने की उसकी हिदायत दी है। और पुलिस ने अब लगभग, ये देखिए, 16 जो FIR हैं वो कहते हैं कि हमने इसके खिलाफ लॉज की हुई हैं, जिसमें से 6 मुकदमे 2000 जो 20 है, 2020 और 21 का जब किसान आंदोलन चल रहा था उसके हैं, लेकिन वो ये कह रहे हैं कि किसान, ये सरकार द्वारा वापस ले लिए गए हैं मुकदमे। और अब जो नियुक्त जो नए मुकदमे हैं 2023 से 2024 के दर्ज किए गए हैं। और अदालत में ये भी हमने बताया कि जो अब ये मुकदमा नंबर 43 में ये कह रहे हैं कि 307 बनती है, तो इसमें जितने भी पुलिस ने मेडिकल लगाए हैं सब में जो वेपन्स हैं वो ब्लंट हैं और जो चोटें हैं वो साधारण हैं, सिंपल हैं, तो 307 भी नहीं बनती। तो अब 1 दिन का रिमांड दिया है पुलिस को, देखते हैं कल क्या करते हैं।